ਬਲਵੀਰ ਸਿੰਘ ਹੈ ਜੀ। ਤੇ ਕੀ ਹੋਇਆ ਇੱਥੇ? ਇਹ ਘਟਨਾ ਇਸ ਤਰ੍ਹਾਂ ਵਾਪਰੀ, ਜਦੋਂ ਅਸੀਂ 7 ਵਜੇ ਆਨ ਡਿਊਟੀ ਆਏ ਜੀ, ਅਤੇ ਅਸੀਂ ਜਿਹੜਾ ਨਾਲ ਦਾ ਦਿਨ ਵਾਲਾ ਬੰਦਾ ਸੀ ਉਹਨੂੰ ਕਿਹਾ ਵੀ ਇਹ ਲਾਈਟ ਕਿਉਂ ਨਹੀਂ ਜਗਾਈ, ਵੱਡੀ ਲਾਈਟ ਹੈ ਇਹਦਾ ਚਾਨਣਾ ਹੁੰਦਾ, ਮਾਲ ਤਾਂ ਹਨੇਰਾ ਕਿਉਂ ਆ। ਉਹ ਕਹਿੰਦਾ ਜੀ ਮੈਂ ਦਫ਼ਤਰ ਵਾਲੇ ਨੂੰ ਕਿਹਾ ਤੇ ਵੀ ਜਾਣ ਲੱਗਿਆ ਲਾਈਟ ਜਗਾ ਜੀ, ਵੀ ਉਹ ਬੰਦਾ ਮੇਰੇ ਪਰੇ ਗੇੜਾ ਮਾਰਨ ਗਿਆ ਸੀ, ਬੰਦਾ ਦਫ਼ਤਰ ਬੰਦ ਕਰਕੇ ਚਾਬੀ ਨਾਲ ਲੈ ਕੇ ਲੰਘ ਗਿਆ। ਅਤੇ ਅਸੀਂ ਉਸ ਤੋਂ ਬਾਅਦ 7 ਵਜੇ ਕੁਛ ਮਿੰਟ 'ਤੇ ਸੁਪਰਵਾਈਜ਼ਰ ਨੂੰ ਫੋਨ ਕੀਤਾ ਜੀ ਵੀ ਹਨੇਰਾ ਜੀ ਲਾਈਟਾਂ ਕਿਉਂ ਨਹੀਂ ਜਗਾਉਂਦਾ। ਉਹ ਕਹਿੰਦਾ ਜੀ ਮੈਂ ਦਫ਼ਤਰ ਵਾਲੇ ਨੂੰ ਫੋਨ ਕਰਦਾ ਵੀ ਲਾਈਟ ਆ ਕੇ ਜਗਾ ਜਾਣਗੇ। ਅਸੀਂ ਉਹਦੇ ਵੇਟ ਕਰਦੇ ਰਹੇ ਜੀ, 7, 7:30, 8:30, ਉਹ ਨਾ ਆਏ ਜੀ। ਇਸ ਕਰਕੇ ਹਨੇਰੇ ਕਰਕੇ ਜੀ ਦੋਵੇਂ ਪਾਸੇ ਮਾਲ ਪਿਆ ਅਤੇ ਜਗ੍ਹਾ ਉਧਰਲੇ ਪਾਸੇ ਵੀ ਨੀਵੀਂ, ਇਧਰਲੇ ਪਾਸੇ ਵੀ ਨੀਵੀਂ ਹੈ, ਸਾਨੂੰ ਉੱਚੀ ਜਗ੍ਹਾ 'ਤੇ ਬੈਠਣਾ ਪੈ ਗਿਆ ਮਜਬੂਰੀ ਕਾਰਨ ਦੋਹਾਂ ਨੂੰ। ਤੁਸੀਂ ਕੀ ਕਰਦੇ ਕਿਉਂ ਇੱਥੇ? ਅਸੀਂ ਦੋਵੇਂ ਗਾਰਡ ਲੱਗੇ ਹੋਏ ਸੀ। ਕਿੱਥੇ ਲੱਗੇ ਹੋਏ ਗਾਰਡ ਜੀ? ਰੇਲਵੇ ਦਾ ਜੋ ਓਵਰ ਬ੍ਰਿਜ ਬਣ ਰਿਹਾ ਜੀ। ਕਿੱਥੇ ਬਣ ਰਿਹਾ ਜੀ? ਫੋਕਲ ਪੁਆਇੰਟ ਦੇ ਵਿੱਚ। ਅਤੇ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਜੀ ਫਿਰ? ਉਸ ਤੋਂ ਬਾਅਦ ਇੱਧਰੋਂ ਜਦੋਂ ਅਸੀਂ ਉੱਚੀ ਜਗ੍ਹਾ 'ਤੇ ਬਹਿ ਗਏ ਅਤੇ ਇੱਧਰੋਂ ਇੱਕ ਪਾਵਰ ਆਈ ਜੀ, ਪਾਵਰ ਨੇ ਸਾਨੂੰ ਤੂਫਾਨ ਭਗਾ ਕੇ ਮਾਰਿਆ, ਪਿੱਠਣਾ ਸਾਨੂੰ ਸਾਫ ਪੈ ਗਿਆ। ਕੀ ਇੰਜਨ ਆਇਆ ਸੀਗਾ ਜੀ? ਇੰਜਣ ਏ ਸੀਗਾ ਜੀ। ਅਤੇ ਉਹ ਕੀ ਉੱਪਰ ਚੜ੍ਹ ਗਿਆ ਜਾਂ ਚਪੇੜ 'ਚ ਲਿਆ, ਕਿਵੇਂ ਆਇਆ ਜੀ? ਉਹਨੇ ਸਾਈਡ 'ਤੇ ਬੈਠੇ ਸੀ, ਵੱਖਾਂ ਭਾਰ ਭਗਾ ਕੇ ਮਾਰਿਆ। ਅਤੇ ਇਹ 'ਚ ਕਿੰਨੇ ਬੰਦਿਆਂ ਦੀ ਮੌਤ ਹੋਈ ਹੈ ਜੀ? ਇਹਦੇ ਵਿੱਚ ਇੱਕ ਦੀ ਹੋਈ ਹੈ, ਹਰਪ੍ਰੀਤ ਸਿੰਘ ਦੇ, ਅਤੇ ਨਾਲ ਮੇਰੇ ਸੱਟਾਂ ਨੇ ਜੀ, ਕੁਛ ਪੱਟ ਫ੍ਰੈਕਚਰ ਹੋ ਗਏ ਸਾਡੀ। ਅਤੇ ਜਿਹੜੇ ਇੰਜਣ ਆਇਆ ਸੀ ਇਹ ਕਿਹੜੀ ਲਾਈਨ 'ਤੇ ਆਇਆ, ਕੋਈ ਨਵੀਂ ਬਣ ਰਹੀ ਹੈ ਜਾਂ ਪੁਰਾਣੀ ਸੀ? ਇਹ ਨਵੀਂ ਲਾਈਨ 'ਤੇ ਆਈ ਜੀ। ਇਸ ਤੋਂ ਪਹਿਲਾਂ ਇਸ ਲਾਈਨ 'ਤੇ ਕੋਈ ਰੇਲ ਗੱਡੀ ਆਈ ਕਦੇ? ਜਾਣੀ ਸਾਡੇ ਹੁੰਦੀ ਕੋਈ ਆਏ ਨਹੀਂ ਹੈਗੀ, ਦਿਨ 'ਚ ਆਉਂਦੀ ਤਾਂ ਕਹਿ ਨਹੀਂ ਸਕਦੇ। ਅਤੇ ਕੀ ਲਾਪਰਵਾਹੀ ਮੰਨਦੇ ਹੋ ਉੱਥੇ ਵੀ, ਜੇ ਲਾਈਟ ਹੁੰਦੀ ਸ਼ਾਇਦ ਬਚਾਅ ਹੋ ਜਾਂਦਾ? ਜੇ ਲਾਈਟ ਹੁੰਦੀ ਜੀ ਅਸੀਂ ਲਹਿਦਾ ਬੈਠਣਾ ਸੀ ਅਤੇ ਉਹਨੇ ਲਹਿਦਾ ਬੈਠਣਾ ਸੀਗਾ, ਅਤੇ ਅਸੀਂ ਇਕੱਠੇ ਨਹੀਂ ਸੀ ਹੋਣਾ, ਇਕੱਠੇ ਤਾਂ ਹੋ ਗਏ ਵੀ ਸਾਡੇ 'ਤੇ ਵੀ ਕੋਈ ਅਟੈਕ ਕਰ ਸਕਦਾ, ਅਤੇ ਇਸ ਕਰਕੇ ਸਾਨੂੰ ਉੱਚੀ ਜਗ੍ਹਾ 'ਤੇ ਬੈਠਣਾ ਪਿਆ। ਅਤੇ ਕੋਈ ਇੰਜਨ ਦੇ ਆਉਣ ਦੀ ਆਵਾਜ਼ ਨਹੀਂ ਤੁਹਾਨੂੰ ਸੁਣਾਈ ਦਿੱਤੀ? ਦੋਵੇਂ ਪਾਸੋਂ ਟ੍ਰੇਨ ਆ ਰਹੀ, ਸਾਨੂੰ ਭੁਲੇਖਾ ਪੈ ਗਿਆ ਵੀ ਉਹ ਟ੍ਰੇਨ ਲੰਘ ਰਹੀ ਆ, ਉਹਦੀ ਆਵਾਜ਼ ਆ ਰਹੀ ਹੈ, ਅਤੇ ਦੋਵੇਂ ਉੱਧਰੋਂ ਟ੍ਰੇਨ ਜਾ ਰਹੀ ਸੀ, ਇੱਧਰੋਂ ਇਹ ਪਾਵਰ ਆ ਰਹੀ ਸੀ ਮੰਡੀ ਸਾਈਡ ਤੋਂ। ਅਤੇ ਹੁਣ ਤੁਹਾਡੇ ਕਿੰਨੀਆਂ ਸੱਟਾਂ ਲੱਗੀਆਂ ਨੇ ਜੀ? ਮੇਰੇ ਮੂੰਹ 'ਤੇ ਸੱਟ ਆ ਜੀ, ਬੁੱਲ 'ਚ ਟਾਂਕੇ ਨੇ ਜੀ, ਹੱਡੀ ਆ, ਮੱਤ ਦਾ ਪਾਰ ਅਤੇ ਹੱਡੀ ਫ੍ਰੈਕਚਰ ਹੈ ਜੀ। ਮੇਰਾ ਨਾਮ ਗੁਰਦੀਪ ਸਿੰਘ ਹੈ। ਜਿਹੜਾ ਹਾਦਸਾ ਹੋਇਆ ਉਹ 'ਚ ਕਿੰਨਾ ਦੀ ਮੌਤ ਹੋਈ ਆ? ਉਹ ਮੇਰਾ ਸਾਲਾ ਤਾ ਜੀ, ਹਰਪ੍ਰੀਤ ਸਿੰਘ ਜੀ। ਅਤੇ ਕਿਵੇਂ ਹੋਇਆ, ਕੁਛ ਲੱਗਿਆ ਪਤਾ ਜੀ? ਇਹ ਰੇਲਵੇ ਵਾਲਾ ਨਾ ਕੋਈ ਇੱਥੇ ਆਇਆ ਜੀ ਪਾਵਰ ਪੂਵਰ, ਪਹਿਲਾਂ ਕਦੇ ਕਹਿੰਦੇ ਉਹਦੇ ਪਰ ਕਦੇ ਆਈ ਓ ਨਹੀਂ ਜੀ, ਕਦੇ ਨਹੀਂ ਜੀ ਆਈ ਪਾਵਰ, ਵੀ ਇਹ ਕਹਿੰਦੇ 2-3 ਮਹੀਨੇ ਹੋ ਗਏ ਸਾਨੂੰ ਲੱਗਿਆ ਨੂੰ, ਕਦੇ ਨਹੀਂ ਜੀ ਆਈ ਪਾਵਰ। ਤੁਹਾਨੂੰ ਕਿਵੇਂ ਸੂਚਨਾ ਮਿਲੀ? ਮੈਨੂੰ ਇਹ ਮੁੰਡਾ ਇਹਨਾਂ ਦੇ ਨਾਲ ਲੱਗਿਆ ਵਾ ਜੀ, ਪਿੰਡ ਦਾ ਹੀ, ਉਹਨਾਂ ਨੇ ਫੋਨ ਕਰਿਆ ਤਾ ਜੀ। ਅਤੇ ਆ ਕੇ ਦੇਖਿਆ ਕੀ ਹੋਇਆ ਸੀਗਾ ਜੀ? ਆ ਕੇ ਡੈਥ ਹੋਈ ਵੀ ਤੀ ਜੀ ਉਹਦੀ। ਅਤੇ ਕਿਹਦੀ ਲਾਪਰਵਾਹੀ ਮੰਨਦੇ ਹੋ ਜੀ? ਇਹ ਤਾਂ ਆਪਣੀ ਰੇਲਵੇ ਵਾਲਿਆਂ ਦੀ ਵੀ ਹੋ ਸਕਦੀ ਹੈ ਜੀ, ਬਾਕੀ ਉਹਨਾਂ ਦੀ ਵੀ ਜਿਹੜੇ ਜਿੱਥੇ ਲੱਗੇ ਹੋਏ ਜੀ, ਉੱਥੇ ਲਾਈਟ ਲੂਟ ਦਾ ਕੋਈ ਪ੍ਰਬੰਧ ਨਹੀਂ ਜੀ ਇਹਨਾਂ ਨੂੰ, ਕੋਈ ਬੈਠਣ ਦਾ ਨਹੀਂ। ਕੀ ਮੰਗ ਕੀ ਕਰਦੇ ਹੁਣ ਤੁਸੀਂ? ਮੰਗ ਤਾਂ ਜੀ ਇਹਨਾਂ ਦੋਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਮਾਮਲਾ ਜਿਹੜੀ ਰਾਤ ਇੱਕ ਬੰਦੇ ਦੀ ਮੌਤ ਹੋਈ ਹੈ ਅਤੇ ਇੱਕ ਜ਼ਖਮੀ ਹੋਇਆ? ਇਹ ਭਾਅ ਜੀ ਸਾਨੂੰ ਸਵੇਰੇ ਸਿਵਲ ਹਸਪਤਾਲ ਖੰਨਾ ਵੱਲੋਂ ਰੁਕਾ ਮਸੂਲ ਹੋਇਆ, ਜਿਹਦੇ ਮੁਤਾਬਕ ਕਿ 2 ਪਰਸਨ ਉੱਥੇ ਬਾਹਰ ਰੇਲਵੇ ਇੱਕ ਆਪਣਾ ਫੋਕਲ ਪੁਆਇੰਟ ਦੇ ਲਾਗੇ ਓਵਰ ਬ੍ਰਿਜ ਬਣ ਰਿਹਾ ਬਾਈਪਾਸ ਨਿਕਲਣ ਲਈ, ਉੱਥੇ ਇਹ ਉਹਦੇ ਥੱਲੇ ਉਸ ਮਾਲ ਦੀ ਜਿਹੜਾ ਉਹਦਾ ਸਮਾਨ ਵਗੈਰਾ ਪਿਆ ਉਹਦੀ ਪ੍ਰੋਟੈਕਸ਼ਨ ਲਈ ਇਹ ਪ੍ਰਾਈਵੇਟ ਤੌਰ 'ਤੇ ਮਤਲਬ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਨੇ। ਇਹ ਕਹਿੰਦੇ ਵੀ ਜਿਹੜੀ ਤੀਜੀ ਨਵੀਂ ਬਣੀ ਲਾਈਨ ਆ ਰਾਤ ਕਿਤੇ ਲਾਈਟ ਲੂਟ ਗਈ ਹੋਈ ਸੀ, ਵੀ ਉੱਥੇ ਬੈਠੇ ਸੀਗੇ ਉਹਦੇ ਦੇ ਲਾਗੇ ਤਾਗੇ ਜਾਂ ਕੰਮਕਾਰ ਵਗੈਰਾ ਕਰ ਰਹੇ ਸੀ, ਵੀ ਇਹਨਾਂ ਨੂੰ ਜਿਹੜਾ ਉਹਦੇ 'ਤੇ ਇੰਜਣ ਆਇਆ ਤੀਜੀ ਲਾਈਨ ਦੇ ਉੱਤੇ ਜਾਂ ਕੋਈ ਇਹਨਾਂ ਨੂੰ ਇਹ ਸ਼ੋਰ ਨਹੀਂ ਹੈ ਵੀ ਉਹ ਇੰਜਣ ਸੀ ਕਿ ਰੇਲ ਦਾ ਕੋਈ ਹੋਰ ਮਤਲਬ ਵਹੀਕਲ ਸੀਗਾ, ਵੀ ਉਹਦੀ ਲਪੇਟ 'ਚ ਆ ਕੇ ਜ਼ਖਮੀ ਹੋਏ ਸੀ ਸਰ। ਉੱਥੋਂ ਫਿਰ ਇਹਨਾਂ ਦੇ ਸਾਥੀਆਂ ਨੇ ਇਹ ਸਿਵਲ ਹਸਪਤਾਲ ਖੰਨਾ ਦਾਖਲ ਕਰਵਾ ਦਿੱਤੇ ਸੀ। ਇਲਾਜ ਦੌਰਾਨ ਇਹਨਾਂ 'ਚੋਂ ਸਰ ਜਿਹੜਾ ਇੱਕ ਪਰਸਨ ਹੈ ਹਰਪ੍ਰੀਤ ਸਿੰਘ ਇਹਦੀ ਮੌਤ ਹੋ ਗਈ ਹੈ, ਅਤੇ ਦੂਜਾ ਇਹਦਾ ਸਾਥੀ ਆ ਗੁਰਦੀਪ ਸਿੰਘ ਉਹ ਜ਼ਖਮੀ ਹੋ ਗਿਆ ਸੀ, ਉਹ ਇਲਾਜ ਦੌਰਾਨ ਬਾਅਦ ਡਾਕਟਰਾਂ ਨੇ ਉਹਨੂੰ ਛੁੱਟੀ ਕਰਤੀ ਹੈ ਜੀ। ਇਹ ਜਿਹੜਾ ਹਰਪ੍ਰੀਤ ਸਿੰਘ ਹੈ ਜੀ ਇਹਦੇ ਸੰਬੰਧ 'ਚ ਮੈਂ ਬਣਦੀ ਕਾਰਵਾਈ 174 ਦੀ ਅਮਲ 'ਚ ਲਿਆ ਰਿਹਾ, ਅਤੇ ਵਾਰਸਾਂ ਨੂੰ ਮੈਂ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਇਹਨਾਂ ਦੇ ਹੈਂਡਓਵਰ ਕਰ ਦਾਂਗਾ ਜੀ।